ਮਿਲਤਾ ਕਰਦਾ ਇਹੀ ਗਰਮ ਗਰਮ ਚਾਹ ਤੇਰੇ ਸਿਰ ਚ ਪਾ ਦਵਾਂ ਤੇਰਾ ਦਿਮਾਗ ਟਿਕਾਣੇ ਆ ਜੂ ਮੰਮੀ ਜੀ ਤੁਹਾਨੂੰ ਪਤਾ ਨਹੀਂ ਕੀ ਹੋਇਆ ਰਹਿੰਦਾ ਸਾਰਾ ਦਿਨ ਤੁਹਾਡਾ ਭਾਰਾ ਗਰਮ ਹੀ ਰਹਿੰਦਾ ਨਿੰਦੋ ਪੌੜੀਆਂ 'ਚ ਤਾਂ ਤੂੰ ਬਚ ਗਈ ਸੀ ਪਰ ਹੁਣ ਨਹੀਂ ਤੂੰ ਬਚ ਸਕਦੀ ਤੇ ਰਹੀ ਮੇਰੇ ਕੰਨਾਂ 'ਚੋਂ ਪਾਣੀ ਕੱਢਣ ਦੀ ਗੱਲ ਇੰਨੀ ਹਿੰਮਤ ਕਿਸੇ 'ਚ ਨਹੀਂ ਹੈਗੀ ਜਿਹੜਾ ਮੇਰੇ ਕੰਨਾਂ 'ਚੋਂ ਪਾਣੀ ਕੱਢ ਸਕੇ ਵੇ ਚੰਗੇ ਤਰੀਕੇ ਨਾਲ ਫਿਰ ਜੀ ਠੀਕ ਕਰ ਜੀ ਹਰ ਤੀਜੇ ਮਹੀਨੇ ਖਰਾਬ ਹੋ ਜਾਂਦਾ ਹੈ ਜੀ ਬੀਬੀ ਜੀ ਤੁਸੀਂ ਟੈਨਸ਼ਨ ਨਾ ਲਓ ਵਧੀਆ ਤਰੀਕੇ ਨਾਲ ਠੀਕ ਕਰ ਦੂੰਗਾ ਨਾਲੇ ਇੱਕ ਉੱਪਰ ਨਾ ਵਾਸ਼ਿੰਗ ਮਸ਼ੀਨ ਪਈ ਆ ਉਹਨੂੰ ਵੀ ਠੀਕ ਕਰ ਜੀ ਜੀ ਬੀਬੀ ਜੀ ਉਹ ਵੀ ਠੀਕ ਕਰ ਦੂੰਗਾ ਸ਼ਾਮ ਨੂੰ ਨਾ ਹੱਟੀ ਤੇ ਜਾ ਕੇ ਦੇਸੀ ਘਿਓ ਲਿਆਈ 4 ਕਿਲੋ ਪੈਸੇ ਮੈਂ ਕੱਲ ਦੇ ਆਈ ਸੀ ਉਹਨੂੰ ਲੈ ਆਵਾਂਗੇ ਜੀ ਹੋਰ ਦੱਸੋ ਚਾਹ ਪੀ ਲਓ ਤੇ ਜਾ ਕੇ ਚੱਕੀ ਦਾ ਆਟਾ ਚੱਕ ਲਿਓ ਠੀਕ ਹੈ ਜੀ ਜਿਵੇਂ ਤੁਹਾਡਾ ਹੁਕਮ ਆ ਨਾਲ ਦਾ ਕਰਤਾਰਾ ਨਾ ਕੱਲ ਮੇਰੇ ਕੋਲੇ ਆਇਆ ਸੀਗਾ ਪੈਸੇ ਮੰਗਣ ਪਹਿਲਾਂ ਤਾਂ ਮੈਂ ਉਹਨੂੰ ਨਾ ਕਰਤੀ ਮੇਰੇ ਕੋਲੇ ਉਹ ਪੈਸੇ ਮੰਗਣ ਆਇਆ ਸੀਗਾ ਫਿਰ ਮੈਂ ਸੋਚਿਆ ਮੈਂ ਬਾਹਰ ਵੀ ਤਾਂ ਲੋਕਾਂ ਨੂੰ ਪੈਸੇ ਦਿੰਨੀ ਆ ਇਹ ਤਾਂ ਫਿਰ ਵੀ ਆਪਣਾ ਗਵਾਂਢੀ ਆ ਇਹਨੂੰ ਵੀ ਪੈਸੇ ਦੇ ਹੀ ਦਿੰਨੀ ਆ ਐਵੇਂ ਕਰੀ ਤੂੰ ਆਉਂਦਾ ਹੋਇਆ ਉਹਨੂੰ ਨਾਲ ਲੈ ਆਵੀਂ ਹੁਣ ਮੇਰੇ ਮੂੰਹ ਵੱਲ ਵੀ ਕੀ ਵੇਖੀ ਜਾਣਾ ਜੇ ਜਾ ਕੇ ਬੁਲਾ ਕੇ ਲਿਆ ਉਹਨੂੰ ਜਾਣਾ ਜੀ ਜਾਣਾ ਜਾਣਾ ਮੇਰੀ ਸਰਕਾਰ ਲੈ ਉਹਨਾਂ ਆਟਾ ਵੀ ਜੇ ਇਸ ਘਰ ਵਿੱਚ ਰਹਿਣਾ ਤਾਂ ਤੈਨੂੰ ਮੇਰਾ ਕਹਿਣਾ ਮੰਨਣਾ ਪੈਣਾ ਮੇਰੇ ਇਸ਼ਾਰਿਆਂ ਤੇ ਚੱਲਣਾ ਪੈਣਾ ਠੀਕ ਆ ਹਰ ਕੰਮ ਮੈਨੂੰ ਪੁੱਛ ਕੇ ਕਰਨਾ ਪੈਣਾ ਤੈਨੂੰ ਸਵੇਰੇ 8 ਵਜੇ ਨਾਸ਼ਤਾ ਤਿਆਰ ਹੋਣਾ ਚਾਹੀਦਾ ਜੇ ਲੇਟ ਹੋ ਗਿਆ ਤੇਰੀ ਗੁੱਤਨੀ ਵਿਹੜੇ 'ਚ ਘੁਮਾਊ ਉੱਠੋ ਜੀ ਉੱਠੋ ਜੀ ਮੈਂ ਮੰਮੀ ਦੀਆਂ ਹੋਰ ਗੱਲਾਂ ਬਰਦਾਸ਼ਤ ਨਹੀਂ ਕਰਨੀਆਂ ਮੰਮੀ ਨੇ ਤੇ ਮੇਰਾ ਜੀਣਾ ਹਰਾਮ ਕਰ ਦਿੱਤਾ ਹੈ ਉਹ ਐਵੇਂ ਨਾ ਮੇਰੀ ਮਾਂ ਵਾਲੇ ਦਾ ਬੋਲ ਜੇ ਉਹਨੇ ਸੁਣ ਲਿਆ ਨਾ ਤੇ ਹੁਣੀ ਭੁਚਾਲ ਆ ਜਾਣਾ ਤੇ ਨਾਲੇ ਮੇਰੀ ਮਾਂ ਇੰਨੀ ਵੀ ਮਾੜੀ ਨਹੀਂ ਹੈਗੀ ਜਿੰਨਾ ਉਹਦੇ ਬਾਰੇ ਬੋਲਦੀ ਰਹਿੰਦੀ ਹੈ ਦੇਖੋ ਜੀ ਮੈਂ ਕਦੋਂ ਤੱਕ ਕਲੇਸ਼ 'ਚ ਦਿਨ ਕੱਟਦੀ ਰਵਾਂਗੀ ਇੱਕ ਦਿਨ ਤਾਂ ਤੁਹਾਨੂੰ ਮੰਮੀ ਨਾਲ ਗੱਲ ਕਰਨੀ ਹੀ ਪੈਣੀ ਆ ਮੈਂ ਤੁਹਾਡੇ ਨਾਲ ਵਿਆਹ ਕਰਕੇ ਆਈ ਹਾਂ ਭੱਜ ਕੇ ਨਹੀਂ ਆਈ ਮੰਮੀ ਤਾਂ ਐਵੇਂ ਗੱਲ ਉੱਡ ਉੱਡ ਕੇ ਪੈਂਦੀ ਹੈ ਜਿਵੇਂ ਮੈਂ ਉਹਦਾ ਕਰਜ਼ਾ ਦੇਣਾ ਹੁੰਦਾ ਦੇਖ ਮੇਰੇ ਜਿਹੜੇ ਦਾਦਾ ਜੀ ਸੀ ਨਾ ਕਦੇ ਮੇਰੀ ਦਾਦੀ ਅੱਗੇ ਨਹੀਂ ਬੋਲੇ ਤੇ ਨਾ ਹੀ ਮੇਰਾ ਪਿਓ ਕਦੀ ਮੇਰੀ ਮਾਂ ਅੱਗੇ ਬੋਲਿਆ ਤੂੰ ਹੀ ਦੇਖ ਲਾ ਮੈਂ ਕਿਹੜਾ ਕਦੇ ਤੇਰੇ ਅੱਗੇ ਬੋਲਦਾ ਤੂੰ ਜੋ ਵੀ ਕਹਿੰਦੀ ਆ ਸਾਰਾ ਦਿਨ ਜੀ ਜੀ ਕਰਕੇ ਤੇਰੀ ਗੱਲ ਮੰਨਦਾ ਸਾਡੇ ਘਰ 'ਚ ਤਾਂ ਇਹੀ ਰਿਵਾਜ਼ ਆ ਕਿ ਬੰਦੇ ਜਨਾਨੀ ਅੱਗੇ ਨਹੀਂ ਬੋਲਦੇ ਸਾਡੇ ਘਰ ਦੇ ਵਿੱਚ ਸੱਸ ਪ੍ਰਧਾਨ ਰਹੀ ਆ ਤੇ ਸੱਸ ਦੀ ਪ੍ਰਧਾਨ ਆ ਬਸ ਕਰੋ ਜੀ ਤੁਸੀਂ ਮੈਂ ਅੱਜ ਕੱਲ੍ਹ ਦੀ ਪੜ੍ਹੀ ਲਿਖੀ ਕੁੜੀ ਆ ਮੈਂ ਤੁਹਾਡੇ ਉੱਤੇ ਕਿਉਂ ਰੋ ਪਾਵਾਂਗੀ ਨਾਲੇ ਮੈਂ ਤੁਹਾਡੀ ਬਹੁਤ ਇੱਜ਼ਤ ਕਰਦੀ ਹਾਂ ਮੈਂ ਚਾਹੁੰਦੀ ਹਾਂ ਜਿੱਦਾਂ ਮੈਂ ਤੁਹਾਡੀ ਇੱਜ਼ਤ ਕਰਦੀ ਹਾਂ ਮੰਮੀ ਵੀ ਪਾਪਾ ਦੀ ਇੰਨੀ ਇੱਜ਼ਤ ਕਰ ਤੇ ਨਾਲੇ ਨਾ ਹੀ ਮੈਂ ਨਜਾਇਜ਼ ਗੱਲ ਕਰਦੀ ਹਾਂ ਨਾ ਹੀ ਮੈਂ ਸੁਣਨੀ ਹਾਂ ਉਹ ਬਾਬਾ ਤੂੰ ਸਵੇਰੇ ਸਵੇਰੇ ਘਰ 'ਚ ਕੋਈ ਕਲੇਸ਼ ਨਾ ਪਾ ਦੀ ਤੈਨੂੰ ਨਹੀਂ ਪਤਾ ਮੇਰੀ ਮਾਂ ਕਿੰਨੇ ਕੱਬੇ ਸੁਭਾਅ ਦੀ ਆ ਉਹ ਜਿੱਦਾਂ ਤੈਨੂੰ ਕਹਿੰਦੀ ਆ ਤੂੰ ਚੁੱਪ ਕਰਕੇ ਉੱਦਾਂ ਹੀ ਕਰੀ ਜਾ ਜੇ ਤੂੰ ਚਾਹੁੰਦੀ ਹੈ ਵੀ ਇਸ ਘਰ 'ਚ ਸ਼ਾਂਤੀ ਬਣੀ ਰਹੇ ਹਾਂਜੀ ਮੰਮੀ ਜੀ ਉਹ ਮੰਮੀ ਬੁਲਾ ਰਹੇ ਆ ਤੂੰ ਪੈ ਗਈ ਆ ਹੈਲੋ ਦੇਖੀ ਰੱਬਾ ਕਿਤੇ ਸਵੇਰੇ ਸਵੇਰੇ ਕੋਈ ਜੰਗ ਨਾ ਹੋ ਜੇ ਹਾਂਜੀ ਮੰਮੀ ਜੀ ਮਿੰਦੋ ਮੈਂ ਇੱਕ ਵਾਰ ਆਵਾਜ਼ ਮਾਰਦੇ ਬਾਹਰ ਆ ਜਾ ਕਰ ਮੈਨੂੰ ਵਾਰ ਵਾਰ ਆਵਾਜ਼ਾਂ ਮਾਰਨ ਦੀ ਆਦਤ ਨਹੀਂ ਹੈਗੀ ਮੰਮੀ ਜੀ ਜਦ ਤੱਕ ਮੈਨੂੰ ਵੀ 2-3 ਵਾਜਾਂ ਪੈਣਾ ਨਾ ਜਾਣ ਮੈਨੂੰ ਵੀ ਸੁਣਦਾ ਨਹੀਂ ਕੀ ਕਿਹਾ ਮੰਮੀ ਜੀ ਇਹਦੇ ਕਹਿਣ ਦਾ ਮਤਲਬ ਆ ਸਵੇਰੇ ਨਹਾਉਂਦੇ ਹੋਏ ਨੇ ਤੇ ਕੰਨਾਂ 'ਚ ਪਾਣੀ ਪੈ ਗਿਆ ਸੀ ਤਾਂ ਕਰਕੇ ਇਹਨੂੰ ਚੰਗੀ ਤਰ੍ਹਾਂ ਸੁਣ ਨਹੀਂ ਰਿਹਾ ਮੰਮੀ ਰਵੀ ਪੁੱਤ ਤੂੰ ਇਹਦੇ ਕੰਨ ਚੰਗੀ ਤਰ੍ਹਾਂ ਸਾਫ਼ ਕਰਾ ਲਾ ਨਹੀਂ ਤਾਂ ਫਿਰ ਮੈਂ ਆਪਣੇ ਤਰੀਕੇ ਨਾਲ ਕਰੂੰਗੀ ਮੰਮੀ ਜੀ ਤੁਸੀਂ ਫਿਕਰ ਨਾ ਕਰੋ ਮੈਂ ਕਰਾਉਂਦਾ ਇਹਦੇ ਕੰਨ ਹੁਣੇ ਠੀਕ
मेरी नाले एक गल होर याद रखी, इस घर च तू नहीं तेरी सस प्रधान आ। मम्मी जी मैनू प्रधान बनन दा शौक नहीं हैगा, पर अज तक जो इस घर चलदा है ओह मैं चलना नहीं। ते रही मेरे कन्ना चो पानी कड्डन दी गल, इन्नी हिम्मत किसे च नहीं हैगी जेड़ा मेरे कन्ना चो पानी कड्ड सके। चल बस कर, हुण मेरे नाल ज्यादी नाल लड़ाई करी जा, जाके रोटी बना ला। सस्काल बीबी जी, सस्काल बीबी जी। हाँ आ जा करतार सिंह, बह जा, इन्ने पैसे चाहिए तेनू। जी मेरी भैन का ब्याह है, वैसे तो मैं चुन्नी चढ़ा के ब्याह करना सी, पर चुन्नी चढ़ाने लई तो पैसे लगदे है जी। तू पैसे दस मैनू किन्ने चाहिए तेनू, एवं अपनी राम कहानी ना सुनाई जा मैनू। 20,000 रुपया दे दे जी। सुन अपना ब्याज कट के ना 19,000 रुपया दे हाथ च दे दे। ठीक है जी, दे देना, बन गया तेरा ते काम। गल सुन करतारिया, टाइम नाल हर महीने ब्याज दे जाई, नहीं तो मेरा पता ही है तैनू। फिर तैनू नहीं पता इस घर का रूल की आ, सवेरे 8 बजे नाश्ता रेडी होना चाहिए, मतलब 8 बजे। कोई गल नहीं मम्मी जी, 10 बजे तक नाश्ता भी रेडी हो जाए। दिल तो करता यही गर्म गर्म चाह तेरे सिर च पा देवा, तेरा दिमाग टिकाने आ जू। मम्मी जी तुहानू तो पता नहीं की होया रहिंदा है, सारा दिन ताड़ा पारा गर्म ही रहिंदा है। जाओ मम्मी जी जाके ठंडे पानी नाल नहा लो ताकि ताड़े दिमाग ठंडा हो जाए। ताकि तुहानू अपने तो छोटे नाल गल करनी आ जाए। जाओ जाके गुरुद्वारे मंदिर मत्था टेक के आओ। लगदा हुण इहदा कुछ करना ही पैना, हुण तां सिर तों पानी टप गया, हुण नहीं बचदी मिंदो तूं। तेरी इह जवान आ ना जिहड़ी, इह कट्टणी पैणी आ, उंज नहीं सूत आउंदी तूं। लाउंदी आ मैं कोई स्कीम।
ਕਿੰਨੇ ਦਿਨ ਤੱਕ ਮੈਨੂੰ ਠੀਕ ਹੋ ਜੂਗੀ? ਇਹ ਤਾਂ ਹੁਣ ਠੀਕ ਆ ਜੀ, ਬਸ ਦੋ ਚਾਰ ਦਿਨ ਉਹਨੂੰ ਪੱਟੀ ਕਰਾਵੇ ਜੀ, ਉਦਾਂ ਬਿਲਕੁਲ ਠੀਕ ਆ ਜੀ। ਬਸ ਪੱਟੀ ਕਰਾਉਂਦੇ ਉਹ ਵੀ ਚੱਕਣ ਤੋਂ ਆਰਾਮ ਮਿਲੂ। ਠੀਕ ਹੈ ਜੀ ਡਾਕਟਰ। ਅੱਛਾ ਜੀ ਤੁਹਾਡਾ ਮੈਂ ਜੀ ਬਸ ਮਿਲੋ, ਡਾਕਟਰ ਸਾਹਿਬ ਨੇ ਕਿਹਾ ਤਾ ਹੁਣ ਤੂੰ ਜਲਦੀ ਠੀਕ ਹੋ ਜਾਣਾ। ਚੰਗਾ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ। ਅੱਛਾ ਹਾਂ ਇੱਕ ਗੱਲ ਹੋਰ, ਉਹਨੂੰ ਦਵਾਈ ਟਾਈਮ ਸਿਰ ਦਿੰਦੇ ਰਹੀ ਜੀ? ਠੀਕ ਹੈ ਡਾਕਟਰ ਸਾਹਿਬ, ਠੀਕ ਹੈ ਜੀ। ਪੁੱਤਰ ਮਿੰਦੋ ਸੱਚ ਕਹਿ ਰਹੀ ਹੈ, ਮੈਂ ਆਪਣੀਆਂ ਇਹਨਾਂ ਦੋਨਾਂ ਅੱਖਾਂ ਨਾਲ ਦੇਖਿਆ ਤੇਰੀ ਮਾਂ ਨੂੰ। ਪਰ ਤੇਰੀ ਮਾਂ ਤੋਂ ਹੀ ਵੱਡਾ ਗੁਨਾਹਗਾਰ ਮੈਂ ਹਾਂ, ਜੋ ਇਹ ਸਾਰਾ ਕੁਛ ਵੇਖ ਕੇ ਵੀ ਮੈਂ ਉਹਨੂੰ ਰੋਕ ਨਹੀਂ ਸਕਿਆ। ਪੁੱਤਰ ਡੈਡੀ ਜੀ, ਤੁਸੀਂ ਵੀ ਮਿੰਦੋ ਦੀਆਂ ਗੱਲਾਂ 'ਚ ਆ ਗਏ, ਕੀ ਤੁਹਾਨੂੰ ਲੱਗਦਾ ਵਾ ਕਿ ਮਾਂ ਇਹਨੂੰ ਮਾਰਨ ਤੱਕ ਦੀ ਕੋਸ਼ਿਸ਼ ਕਰ ਸਕਦੀ ਹੈ? ਇਹ ਨਹੀਂ ਹੋ ਸਕਦਾ ਡੈਡੀ, ਇਹ ਨਹੀਂ ਹੋ ਸਕਦਾ। ਮਿੰਦੋ ਪੌੜੀਆਂ 'ਚ ਤਾਂ ਤੂੰ ਬਚ ਗਈ ਸੀ, ਪਰ ਹੁਣ ਨਹੀਂ ਤੂੰ ਬਚ ਸਕਦੀ। ਮਿੰਦੋ ਤੈਨੂੰ ਸ਼ਰਮ ਆਉਣੀ ਚਾਹੀਦੀ ਆ, ਤੂੰ ਮੇਰੀ ਮਾਂ ਦੇ ਇਹੋ ਜਿਹਾ ਇਲਜ਼ਾਮ ਲਾ ਰਹੀ ਆ, ਕੋਈ ਮਾਂ ਪਿਓ ਵੀ ਆਪਣੇ ਬੱਚਿਆਂ ਨੂੰ ਜ਼ਹਿਰ ਦੇ ਸਕਦੇ ਨੇ। ਪੁੱਤ ਮਿੰਦੋ ਸੱਚ ਕਹਿ ਰਹੀ ਆ, ਇਸ ਦੁੱਧ ਦੇ ਵਿੱਚ ਜ਼ਹਿਰ ਹੋ ਸਕਦਾ ਹੈ। ਜੇ ਪੌੜੀਆਂ ਵਿੱਚ ਤੇਲ ਪਾ ਸਕਦੀ ਆ, ਇਸ ਦੁੱਧ ਵਿੱਚ ਜ਼ਹਿਰ ਪਾਉਣਾ ਇਹਦੇ ਵਾਸਤੇ ਕਿਹੜੀ ਵੱਡੀ ਗੱਲ ਹੈ? ਡੈਡੀ ਜੀ, ਜੇ ਤੁਹਾਨੂੰ ਤਾਂ ਮਿੰਦੋ ਨੂੰ ਇਸ ਗੱਲ 'ਤੇ ਯਕੀਨ ਨਹੀਂ ਨਾ ਆਉਂਦਾ ਕਿ ਇਸ ਦੁੱਧ ਵਿੱਚ ਜ਼ਹਿਰ ਨਹੀਂ ਹੈਗਾ, ਤਾਂ ਤੇਰੇ ਦੁੱਧ ਮੈਂ ਪੀ ਕੇ ਦਿਖਾਉਂਦਾ। ਨਾ ਪੁੱਤ, ਮੈਂ ਸਾਬਿਤ ਕਰੂੰਗਾ ਕਿ ਦੁੱਧ ਵਿੱਚ ਕੋਈ ਜ਼ਹਿਰ ਨਹੀਂ ਹੈ। ਨਹੀਂ ਪੁੱਤ, ਨਹੀਂ ਇਹ ਦੁੱਧ ਤੂੰ ਨਹੀਂ ਪੀਣਾ ਹੈਗਾ। ਕਿਉਂ ਮੰਮੀ? ਨਹੀਂ ਪੀਣਾ ਪੁੱਤ। ਜਦ ਤੱਕ ਮੈਂ ਦੁੱਧ ਨਹੀਂ ਪੀਊਂਗਾ ਨਾ ਮੰਮੀ, ਇਹਨਾਂ ਨੇ ਤੇਰੇ 'ਤੇ ਇੱਦਾਂ ਹੀ ਸ਼ੱਕ ਕਰੀ ਜਾਣਾ। ਨਹੀਂ ਨਹੀਂ ਪੁੱਤ, ਇਹ ਦੁੱਧ ਤੂੰ ਨਹੀਂ ਪੀਣਾ ਹੈਗਾ। ਮੇਰੇ ਤੋਂ ਗਲਤੀ ਹੋ ਗਈ, ਇਹ ਦੁੱਧ ਤੂੰ ਨਹੀਂ ਪੀ ਸਕਦਾ, ਇਹਦੇ ਵਿੱਚ ਸੱਚੀ ਮੈਂ ਜ਼ਹਿਰ ਬਣਾਇਆ। ਨਾ ਪੁੱਤ, ਇਹ ਦੁੱਧ ਤੂੰ ਨਹੀਂ ਪੀਣਾ। ਦੇਖਿਆ ਮੈਂ ਕਿਹਾ ਸੀ ਨਾ, ਇਸ ਦੁੱਧ 'ਚ ਜ਼ਹਿਰ ਹੈ। ਸਾਰੇ ਮੈਨੂੰ ਕਹਿੰਦੇ ਰਹੇ ਕਿ ਤੇਰੀ ਮਾਂ ਇੱਦਾਂ ਦੀ ਆ, ਮੇਰੇ ਪਿਓ ਨੇ ਵੀ ਕਿਹਾ, ਮੇਰੀ ਘਰਵਾਲੀ ਨੇ ਕਿਹਾ, ਪਰ ਮੈਂ ਕਿਸੇ ਦੀ ਗੱਲ ਨਹੀਂ ਮੰਨੀ। ਪਰ ਅੱਜ ਤੇਰੇ ਹੀ ਮੂੰਹੋਂ ਇਹ ਗੱਲਾਂ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਮਾਂ। ਅੱਜ ਮੈਨੂੰ ਅਹਿਸਾਸ ਹੋ ਗਿਆ ਕਿ ਤੈਨੂੰ ਆਪਣੇ ਬੱਚਿਆਂ ਦੀ ਖੁਸ਼ੀ ਤੋਂ ਜ਼ਿਆਦਾ ਆਪਣੀ ਸਿਹਤ ਪਿਆਰੀ ਆ। ਤੂੰ ਰਹਿ ਮਾਂ ਇਸ ਘਰ 'ਚ ਇਕੱਲੀ, ਅਸੀਂ ਚੱਲੇ ਹਾਂ ਘਰ ਛੱਡ ਕੇ। ਨਾ ਪੁੱਤ, ਨਾ ਪੁੱਤ, ਮੈਨੂੰ ਮਾਫ਼ ਕਰ ਦੇ, ਮੇਰੇ ਤੋਂ ਗਲਤੀ ਹੋ ਗਈ, ਤੁਸੀਂ ਕਿਤੇ ਨਹੀਂ ਜਾਣਾਗਾ। ਸ਼ੁਕਰ ਆ ਰੱਬਾ,
इन भी अकल आई हूँ मेरी भी जून सुधर जूगी।